ਉਹਦਾ ਬੰਦ ਹੀ ਹੋ ਗਿਆ, ਇਹ ਤਾਂ ਮਿਲਦਾ ਹੀ ਨੀ ਗਾ, ਇਹ ਤਾਂ ਮਿਲਦਾ ਹੀ ਨੀ, ਇਹ ਤਾਂ ਮਿਲਦਾ ਹੀ ਨੀ ਬਾਈ। ਠੀਕ ਹੈ ਜੀ, ਲੋ ਬਈ ਹਾਰ ਨਾਲ ਦਾ ਪਿਆ ਗਾ, ਫੁਲਕਾਰੀ ਬਾਈ ਦੇ ਦੇਣਗੇ, ਇੱਕ ਨਦੀ ਪਈ ਹੋਊਗਾ। ਹਾਂ ਹਾਂ ਬਾਈ, ਝੋਟੇ ਗੇਰ ਵਾਲਾ ਕਲਾਸਿਕਲ ਪ੍ਰੋ ਵਾਲਾ। ਹਾਂ ਹਾਂ, T20 ਝੋਟੇ ਗੇਰ ਵਾਲਾ। ਤੇ ਲੋ ਬਈ ਕੰਡੀਸ਼ਨ ਸਾਈਟਰ ਵੀ ਝੋਟਾ ਹੀ ਆ ਬਾਈ, ਝੋਟੇ ਗਿਆ, ਝੋਟਾ ਹੀ ਆ, ਮੈਂ ਕਹਿਣ ਦੀ ਲੋੜ ਹੀ ਨਹੀਂ, ਇਹ ਤਾਂ ਲੋਕਾਂ ਨੂੰ ਪਤਾ ਹੀ ਆ। ਜੇ ਮੌਕੇ ਤੇ ਆ ਗਏ ਬਈ, ਮੇਰੇ ਵੱਲੋਂ 5000 ਰੁਪਏ ਹੋ ਸਕਦਾ। ਹਾਂ ਕੋਈ ਗੱਲ ਨਹੀਂ ਬਾਈ, ਪਰ ਆਪਣੇ ਕੋਲ 10-12 ਟਰੈਕਟਰ ਅਵੇਲੇਬਲ ਨੇ ਇਸ ਟਾਈਮ ਬਾਈ। ਠੀਕ ਆ ਬਾਈ ਜੀ, ਸਾਰੇ ਟਰੈਕਟਰੀ ਨੇ ਉੱਚੇ ਮੱਲ, ਨੀਵੇਂ ਮੱਲ, ਸਾਰੇ ਟਰੈਕਟਰਾਂ ਦੇ ਲੋਨ ਦੀ ਸੁਵਿਧਾ ਸਾਰਿਆਂ ਤੇ ਹੈਗੀ। ਠੀਕ ਹੈ, ਕਾਪੀ ਕਾਗਜ਼ ਬਾਈ, ਕਾਕੀ ਆਵੇ ਦਿਓ ਜਮਾ, ਓਕੇ ਨੇ। ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ, ਤੇ ਆਪਾਂ ਫਿਰ ਪਹੁੰਚੇ ਅੱਜ ਬਾਬਾ ਟਰੈਕਟਰ ਸੇਲ ਪਰਚੇਜ ਤੇ, ਤੇ ਅੱਜ ਤੁਹਾਨੂੰ ਕੋਕੇ ਪੀਸ ਟਰੈਕਟਰ ਦਿਖਾਵਾਂਗੇ ਬਾਈ ਆਪਣੇ ਨਾਲ, ਸਾਰੀ ਗੱਲਬਾਤ ਕਰਾਂਗੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਬਾਈ ਜੀ, ਵੀਡੀਓ ਵਧੀਆ ਲੱਗਦੀ ਹੈ ਕਮੈਂਟ ਜ਼ਰੂਰ ਕਰ ਦਿਆ ਕਰੋ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਬਾਈ, ਹੋਰ ਕੀ ਹਾਲ ਚਾਲ ਨੇ? ਠੀਕ ਆ ਬਾਈ ਜੀ, ਜਮਾ ਚੜ੍ਹਦੀ ਕਲਾਂ ਬਾਈ। ਠੀਕ ਆ ਬਾਈ ਜੀ, ਤੇ ਕਿੰਨੇ ਟਰੈਕਟਰ ਅਵੇਲੇਬਲ? ਟਰੈਕਟਰ ਆਪਣੇ ਕੋਲ 10-12 ਟਰੈਕਟਰ ਅਵੇਲੇਬਲ ਨੇ ਇਸ ਟਾਈਮ ਬਾਈ। ਠੀਕ ਆ ਬਾਈ ਜੀ, ਸਾਰੇ ਟਰੈਕਟਰੀ ਨੇ ਉੱਚੇ ਮੱਲ, ਨੀਵੇਂ ਮੱਲ, ਸਾਰੇ ਟਰੈਕਟਰਾਂ ਦੇ ਲੋਨ ਦੀ ਸੁਵਿਧਾ ਸਾਰਿਆਂ ਤੇ ਹੈਗੀ। ਠੀਕ ਹੈ, ਕਾਪੀ ਕਾਗਜ਼ ਬਾਈ, ਕਾਕੀ ਆਵੇ ਦਿਓ ਜਮਾ, ਓਕੇ ਨੇ ਬਾਈ। ਗਰੰਟੀ, ਗਰੰਟੀ ਆਪਣੀ। ਠੀਕ ਹੈ, 10 ਸਾਲ ਬਾਅਦ ਵੀ ਆ ਜਾਵਾਂ, 10 ਸਾਲ ਬਾਅਦ ਵੀ ਗਰੰਟੀ ਆਪਣੀ। ਠੀਕ ਹੈ ਜੀ, ਲਓ ਬਾਈ ਜੀ, 1 ਨੇ, 2 ਨੇ, 4 ਨੇ, 10 ਸਾਲਾਂ ਦੀ ਗਰੰਟੀ ਆ ਬਾਈ ਜੀ। ਰਸੀਦ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ, ਫੁੱਲ ਟਾਈਮ ਟਰੈਕਟਰ ਦੀ ਗਰੰਟੀ ਹੋਊ ਆਪਣੀ ਸਾਰੇ। ਠੀਕ ਹੈ ਜੀ, ਤੇ ਉਰੇ ਚੈੱਕ ਕਰਕੇ ਵਾਲਾ ਬਾਕ ਲੈ। ਹਾਂ, ਬਾਕ ਚੈੱਕ ਕਰਕੇ ਲਿਜਾ ਸਕਦਾ। ਠੀਕ ਹੈ ਜੀ, ਰੰਗ ਪਿੰਡ ਦੀ ਗੱਲ ਕਰੀਏ, ਰੰਗ ਪਿੰਡ ਦਾ ਆਪਾਂ ਵੀ ਲਿਆਉਂਗੇ ਨਹੀਂ, ਸਾਰਾ ਜੈਨੂਅਨ ਟਰੈਕਟਰੀ ਲਿਆਉਂਦੇ ਆ। ਲਿਪੇ ਹੋਏ ਨਹੀਂ ਹੁੰਦੇ? ਨਾ, ਲਿਪੇ ਹੋਏ ਕੋਈ ਨਹੀਂ ਹੁੰਦੇ, 4-5 ਟਰੈਕਟਰ ਅੱਜ ਆਪਾਂ ਸੇਲ ਕਰ ਚੁੱਕੇ ਹਾਂ। 4-5 ਇੱਕ ਨੰਬਰ ਕੰਮ ਆਪਾਂ ਜਮਾ, 1 ਨੰਬਰ ਆ ਬਾਈ, ਬਾਈ ਜੀ ਵਿਸ਼ਵਾਸ ਯੋਗ ਕੰਮ ਹੈਗਾ। ਜੇ ਕਿਸੇ ਬਾਈ ਨੇ ਟਰੈਕਟਰ ਖਰੀਦਣਾ ਹੋਵੇ, ਵੇਚਣਾ ਹੋਵੇ, ਲੋਨ ਕਰਵਾਉਣਾ ਹੋਵੇ, ਜਾ ਕਿਰਾਏ ਤੇ ਲੈਣਾ ਬਈ, ਹਾਂ ਕਿਰਾਏ ਤੇ ਵੀ ਸਾਰੀਆਂ ਸੁਵਿਧਾ ਆਪਣੇ ਕੋਲ ਹੈਗੀਆਂ ਨੇ ਬਾਈ। ਠੀਕ ਹੈ ਜੀ, ਹਰੇਕ ਤਰ੍ਹਾਂ ਦੀ ਬਾਈ ਜੀ ਸੁਵਿਧਾ ਅਵੇਲੇਬਲ ਆ। ਤੇ ਆਪਾਂ ਵੀਡੀਓ ਸਟਾਰਟ ਕਰਦੇ ਆ ਬਾਈ ਜੀ, ਅਰਜਨ ਤੋਂ। ਅਰਜਨ ਵੈਲੀ ਆ ਬਾਈ ਇਹ, ਵੈਲੀ ਆ ਗਿਆ ਨਾ ਬਾਈ ਜੀ, ਹਾਂ ਇਹ ਪੂਰਾ ਅਰਜਨ ਵੈਲੀ ਆ ਜੀ। ਠੀਕ ਹੈ ਜੀ, ਦੋਨੇ ਪਾਸੇ ਖੁੱਲਣ ਵਾਲਾ ਪਾਵਰ ਸਟੀਅਰਿੰਗ ਆ ਜੀ। ਹਾਂ ਜੀ, ਤੇ ਮਾਡਲ ਕਿੰਨਾ ਬਾਈ ਜੀ? ਇਹ ਮਾਡਲ 2011 ਬਾਈ। ਠੀਕ ਹੈ ਜੀ, 2011 ਮਾਡਲ, ਮੂਲੇ ਟਾਇਰ ਨਾਲ ਦੀ ਨੇ ਬਾਈ, ਹਜੇ ਤੱਕ ਨਾਲ ਦੇ ਨੇ, ਨਾਲ ਦੇ ਨੇ ਮੂਲੇ ਟਾਇਰ ਬਾਈ ਜੀ, ਹਜੇ ਤੱਕ ਨਾਲ ਦੇ ਟਾਇਰ ਨੇ ਪਵਾ ਤਾਂ ਬਾਈ, ਨਵੇਂ ਵੀ ਦਿੰਦੇ ਨਹੀਂ ਜਾਨੀ ਕਿ ਨਾਲ ਨਾਲ ਦੀ ਗੱਲ ਵਾਲੇ ਨੇ। 10-11 ਮਾਡਲ ਆ, ਸਾਰੇ ਹਿੱਸੇ ਲਿਪੇ ਪਏ ਹੁੰਦੇ ਉਹ, ਜਿਹੜੇ ਟੱਕ ਹੈਗੇ ਉਹ ਮੇਰੇ ਜਨਾਲਾ ਬਾਈ ਜੀ। ਠੀਕ ਹੈ, ਜਿੰਨਾ ਹੈਗਾ ਸਾਰਾ ਕੁਝ ਓਰੀਜਨਲ ਆ ਬਾਈ ਜੀ। ਠੀਕ ਆ ਬਾਈ ਜੀ, ਇੰਜਨ ਗੇਅਰ ਦੀ ਗੱਲ ਕਰੀਏ, ਇੰਜਨ ਗੇਅਰ ਤਾਂ ਮੈਂ ਕੋਕਾ ਪੀਸੇ ਫਕਾਰੇ ਮਾਰਦਾ ਬਾਈ, ਫਕਾਰੇ ਮਾਰਦਾ। ਹਾਂ ਠੀਕ ਹੈ, ਸਮਾਈ ਚੱਲੇ ਹੋ ਖਾਲੀ, ਸਮਾਈ ਚ ਪੂਰਾ ਚੱਲੇ ਹੋਇਆ, ਡਬਲ ਡਿਸਟ੍ਰੀਬਿਊਟਰ ਸਪੈਸ਼ਲ ਲੱਗਿਆ ਹੋਇਆ ਬਾਈ, ਡਬਲ ਡਿਸਟ੍ਰੀਬਿਊਟਰ ਹੋ ਗਿਆ, ਸਾਈਡ ਗੇਅਰ ਚ ਆ ਗਿਆ, ਸਾਈਡ ਗੇਅਰ ਚ ਆ ਗਿਆ ਬਾਈ। ਠੀਕ ਆ ਬਾਈ ਜੀ, ਤੇ ਚਾਲ ਚਲਾਵਾ ਬਾਈ ਜੀ, ਜਿੰਨਾ ਚੱਲੇ ਨਾਲ ਚੱਲੇ ਬਾਈ। ਹਾਂ ਹਾਂ ਬਾਈ, ਕਿੰਨੇ ਘੰਟੇ ਚੱਲੇ ਬਾਈ ਜੀ? ਚੱਲਿਆ ਹੋਊਗਾ ਬਾਈ, ਦੇਖ ਲੈਣੇ ਕਿ ਆਪਾਂ ਇੰਨੀ ਗੌਰ ਨਹੀਂ ਕਰਦੇ, 9000 ਦੇ ਤਕਰੀਬਨ ਤਾਂ ਚੱਲੀ ਹੋਣਾ ਬਾਈ। ਨਹੀਂ ਨਹੀਂ ਬਾਈ, ਆਪਾਂ ਜੈਨੂਅਨ ਟਰੈਕਟਰ 2500 ਘੰਟਾ ਚੱਲਿਆ, 2500 ਘੰਟਾ, ਹਾਂ ਟੋਟਲੀ 2500 ਚੱਲਿਆ। ਠੀਕ ਹੈ ਜੀ, ਲੈ ਬਈ ਟੋਟਲੀ 2500 ਘੰਟਾ ਚੱਲਿਆ ਹੋਵੇਗਾ। ਕੰਡੀਸ਼ਨ ਤੁਸੀਂ ਚੈੱਕ ਕਰ ਲਓ, ਪੰਜਾਬ ਨੰਬਰ ਹੈਗਾ। ਤੇ ਡਿਮਾਂਡ ਬਾਈ ਜੀ, ਡਿਮਾਂਡ ਇਹਦੀ 3,90,000 ਰੁਪਇਆ, 3,90,000 ਰੁਪਇਆ, 11 ਮਾਡਲ ਹੈ ਨਾ ਬਾਈ? ਹਾਂਜੀ ਹਾਂਜੀ, ਤੇ ਲੋਨ ਵਗੈਰਾ ਦੀ ਫੈਸਿਲਿਟੀ ਹੋਊਗੀ? ਹਾਂ ਲੋਨ ਵਗੈਰਾ ਹੋ ਜੂ ਬਾਈ ਇਹਤੇ। ਠੀਕ ਹੈ ਬਾਈ, ਲੋਨ ਵਗੈਰਾ ਹੋ ਜੂਗਾ, ਬਾਕੀ ਤੁਸੀਂ ਲਿੰਕਾਂ ਵਗੈਰਾ ਤੁਸੀਂ ਦੇਖ ਸਕਦੇ ਹੋਗੇ। ਤੇ 16 ਦੇ ਟਾਇਰਾਂ ਜਾਣਾ ਬਾਈ ਜੀ, 16 ਦੇ ਟਾਇਰਾਂ ਚ ਬਾਈ। ਠੀਕ ਹੈ ਜੀ, ਲੈ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ, ਵਧੀਆ ਕੰਡੀਸ਼ਨ ਦਾ ਪਿਆਗਾ। ਹਾਂਜੀ ਬਾਈ ਜੀ, ਜੇ ਟਰੈਕਟਰ ਕਟਾਉਣਾ ਹੋਵੇ ਬਾਈ ਜੀ, ਟਰੈਕਟਰ ਵਿੱਚ ਕੱਟ ਲਾਂਗੇ ਬਾਈ। ਠੀਕ ਹੈ, ਟਰੈਕਟਰ ਵੀ ਕੱਟਿਆ ਜਾਊਗਾ। ਹਾਂਜੀ, ਪੰਜਾਬ ਨੰਬਰ ਹੋਵੇ ਜੀ। ਠੀਕ ਹੈ ਜੀ, ਅੱਗੇ ਗਿਆ ਬਾਈ ਜੀ, ਸਵਰਾਜ 855 ਟੌਪ ਮਾਡਲ, ਟੌਪ ਮਾਡਲ ਚ ਆ ਗਿਆ, 15 ਸਪੀਡਾਂ ਵਾਲਾ ਹੈ ਬਾਈ। ਠੀਕ ਹੈ, ਨਗੀਨਾ ਕਹ ਲਈਏ, ਨਗੀਨਾ ਕਹ ਲਈਏ ਤਾਂ ਮਿਲਦਾ ਨਹੀਂ, ਹੀਰਾ ਹੀ ਆ ਨਗੀਨੇ ਤੋਂ 20 ਤਲੇ ਜੀ ਜਾ ਵੀ 3 ਸਪੀਡ ਚ ਦੇਗੇ ਚੁੱਲੇ ਵਾਲਾਗਾ। ਤੇ ਤਕਰੀਬਨ ਕਿੰਨੇ ਘੰਟੇ ਚੱਲਿਆ ਬਾਈ? ਆ ਬਾਈ 170-72 ਘੰਟੇ ਚੱਲਿਆ ਟੋਟਲੀ। ਟੋਟਲੀ ਹਾਂ ਬਈ, ਹਾਰ ਪਾ ਕੇ ਫਲਕਾਰੀ ਵਾਲਾ ਆਪਦੇ ਘਰੀ ਜਾਊ ਸਿੱਧਾ। ਹੈ ਐਮ ਆਰ ਪਿਆ ਹੈ ਜਿਹੜਾ ਬਾਈ, ਠੀਕ ਹੈ ਲੋ ਵੀ ਐਮ ਆਰ ਪਿਆਗਾ, ਕਈ ਵੀਰ ਕਹਿੰਦੇ ਨੇ ਵੀਰੇ ਵੀ ਵੱਧ ਚੱਲਿਆ ਹੋਇਆਗਾ। ਹਾਂ ਜੀ, ਆਹ ਜੀ ਐਮ ਆਰ ਪੀ ਵੀ ਪਿਆ, ਐਮ ਆਰ ਪੀ ਵੀ ਅਜੇ ਤੱਕ ਓਰੀਜਨਲ ਹੀ ਪਿਆਗਾ। ਹਾਂ ਜੀ, ਤੇ 16 ਦੇ ਟਾਇਰ ਆ ਬਈ ਜੀ, ਤੇ ਅਜੇ 16 ਦੇ ਟਾਇਰਾਂ ਦੇ ਵੀ ਤੁਹਾਨੂੰ ਦਿਖਾ ਦੇਣੇ ਬਈ ਜੀ। ਲਓ ਬਈ ਜੀ, ਐਮ ਆਰ ਪਿਆਗਾ, ਆ ਵੀ ਰੜਕ ਰਿਹਾਗਾ। ਹਾਂ ਜੀ, ਆ ਪਲੱਸ ਸਾਰੇ ਉਮੀ ਪਿਆ ਬਈ ਹਜੇ। ਠੀਕ ਹੈ, ਮੈਂ ਕਹਣਾ ਕੋਈ ਇਹ ਜੀ ਅਗਲੇ ਨੂੰ ਆ ਉਮੀ ਪਹਿਲਾ ਬੁੱਢਣਾ ਦੇ ਰੰਗ ਹਜੇ ਉਮੀ ਪਿਆ ਬਈ ਸਾਰਾ। ਠੀਕ ਹੈ ਜੀ, ਜੇ ਬਈ ਆਪਾਂ ਕੰਪਨੀ ਚੋਂ ਲੈਣ ਜਾਈਏ ਕਿੰਨਾ ਕੁ ਫਾਇਦਾ ਹੋ ਜਾਊਗਾ? ਪਰ ਫਾਇਦਾ ਤਾਂ ਹੁਣ ਤਾਂ ਕਹਿੰਦੀ ਲੋੜ ਹੀ ਨਹੀਂ ਨਾ, ਉਹਦਾ ਬੰਦ ਹੀ ਹੋ ਗਏ, ਉਹਦਾ ਬੰਦ ਹੀ ਹੋ ਗਏ, ਇਹ ਤਾਂ ਮਿਲਦਾ ਹੀ ਨਹੀਂ ਗਾ, ਇਹ ਤਾਂ ਮਿਲਦੀ ਨਹੀਂ ਹੈਗਾ, ਇਹ ਤਾਂ ਮਿਲਦਾ ਹੀ ਨਹੀਂ ਬਾਈ। ਠੀਕ ਹੈ ਜੀ, ਲੋ ਬਈ ਹਾਰ ਨਾਲ ਦਾ ਪਿਆਗਾ, ਫਲਕਾਰੀ ਬਾਈ ਦੇ ਦੇਣਗੇ, ਇੱਕ ਨਦੀ ਪਈ ਹੋਊਗਾ। ਹਾਂ ਹਾਂ ਬਾਈ,
ਪਲੇਟ ਦੇਖੋ, ਪਲੇਟ ਓਮੀ ਕ੍ਰੋਮ ਪਿਆ ਹਰੀ ਪਲੇਟ ਤੇ, ਨੀ ਉਹ ਬਲੈਕ ਹੋ ਜਾਂਦੀ ਆ ਉਹਦੀ। ਠੀਕ ਆ ਜੀ, ਚੈੱਕ ਕਰ ਲੋ ਕੰਡੀਸ਼ਨ ਪੂਰੀ ਮਹਿੰਗਾ ਨਾ ਯਾਰ, ਜਿਵੇਂ ਆਪਾਂ ਕਹਿ ਲਈਏ ਏਜੰਸੀ ਵਾਲੇ ਦੀ ਵੀ ਇਦੋਂ ਮਾੜੀ ਮੋਟੀ ਮੈਲੀ, ਉਦੋਂ ਵੀ ਨਵੀਂ ਆ ਬਾਈ, ਉਦੋਂ ਵੀ ਨਵੀਂ। ਠੀਕ ਹੈ, ਚਾਂਦੀ ਵਾਂਗੂ ਚਮਕਦੀ ਹੈ। ਹਾਂ, ਚਾਂਦੀ ਵਾਲੀ ਚਮਕਦੀ ਆ। ਠੀਕ ਆ ਬਾਈ, 3 ਸਪੀਡ ਚ ਆ, ਅਲੱਗ ਦੇ ਕਲੱਚ ਵਾਲਾ, 16 ਦੇ ਟਰ ਵਾਲਾ, ਤੇ ਮਾਡਲ ਬਾਈ ਜੀ 22 ਹੈ ਨਾ, 2022 ਮਾਡਲ। ਠੀਕ ਆ ਜੀ, ਤੇ 72 ਘੰਟੇ ਚੱਲਿਆ ਤੇ ਡਿਮਾਂਡ ਬਾਈ ਜੀ? ਡਿਮਾਂਡ ਇਹਦੀ ਹੈਗੀ 7,85,000 ਰੁਪਏ। 7,85,000? ਹਾਂ ਹਾਂ। ਠੀਕ ਆ ਜੀ, ਮਾਨਤਾਨ ਹੋ ਜੂਗੀ? ਮਾਨਤਾਨ ਪੂਰਾ ਬਾਈ, ਮਾਨਤਾਨ ਹੋ ਜੂਗਾ ਬਾਈ ਜੀ, ਮੌਕੇ ਤੇ ਆਉਂਗੇ। ਤੇ ਅੱਗੇ ਅੱਗੇ ਬਾਈ ਜੀ, ਮੇਰੀ ਪਸੰਦ ਦਾ ਟਰੈਕਟਰ ਤਾਂ ਮੈਨੂੰ ਲੱਗਦਾ ਜਿੱਥੇ ਤੱਕ ਵੈਸੇ ਮੇਰਾ ਇਹ ਹੈਗਾ, ਇਹ ਫਾਰਮ ਟਰੈਕ ਹੈ ਜਿਹੜੇ ਕਹਿੰਦੇ ਸਾਡੇ ਬ੍ਰਾਂਡਾਂ 'ਚ ਖੜੇ ਅੱਖਾਂ ਕੱਢਦੇ, ਅੱਖਾਂ ਕੱਢਦੇ ਪੂਰੀਆਂ ਬਈ, ਖੜੇ ਬ੍ਰਾਂਡਾਂ 'ਚ ਖੜੇ ਅੱਖਾਂ ਕੱਢਦੇ। ਇਹ ਉਹ ਟਰੈਕਟਰ ਨੀਲਾ ਝੋਟਾ। ਠੀਕ ਹੈ ਜੀ, ਇਹ ਤਾਂ ਸੁਪਰ ਮੈਕਸ ਜਾ ਜਾਂਦਾ, ਇਹ ਪਾਵਰ ਮੈਕਸ ਆ ਗਿਆ, 60 HP ਵਾਲਾ ਆ ਗਿਆ ਇਹ। ਠੀਕ ਹੈ ਜੀ, 60 HP ਵਾਲਾ ਆ ਗਿਆ, ਝੋਟੇ ਗੇਅਰ ਵਾਲਾ, ਕਲਾਸਿਕਲ ਪ੍ਰੋ ਵਾਲਾ। ਹਾਂ ਹਾਂ, T20 ਝੋਟੇ ਗੇਅਰ ਵਾਲਾ। ਤੇ ਲੋ ਵੀ ਕੰਡੀਸ਼ਨ ਸਾਈਡ ਵੀ ਝੋਟਾ ਹੀ ਆ ਬਾਈ, ਝੋਟੇ ਗਿਆ, ਝੋਟਾ ਹੀ ਆ, ਮੈਂ ਕਹਿਣ ਦੀ ਲੋੜ ਹੀ ਨਹੀਂ, ਇਹ ਤਾਂ ਲੋਕਾਂ ਨੂੰ ਪਤਾ ਹੀ ਆ। 16 ਦੇ ਟਾਇਰਾਂ 'ਚ ਨਾ ਬਾਈ? 16 ਟਾਇਰਾਂ 'ਚ ਆ ਗਿਆ। ਠੀਕ ਹੈ ਜੀ, ਤੇ ਨਾਲ ਦੀ ਬਾਈ ਟਾਇਰ? ਨਾਲ ਦੇ ਟਾਇਰ ਬਾਈ, ਕਹਿਣ ਦੀ ਲੋੜ ਹੀ ਨਹੀਂ ਨਾ ਬਾਈ। ਠੀਕ ਹੈ, ਜੇ ਆਪਾਂ ਲਾ ਕੇ ਚੱਲੀਏ ਜੇ ਨਵੇਂ ਟਾਇਰ ਹੁੰਦੇ ਆਲਾ, ਇਹ ਨਹੀਂ ਕਹਿੰਦਾ ਸੀ ਨਾ ਇਹ 'ਚ ਵੀ ਜੱਜ ਕਰ ਸਕਦੇ? ਹਾਂ ਬਾਈ, ਵੀ ਕੰਪਨੀ 'ਚ ਖੜਾ ਜਮਾ ਹੀ ਨਵਾਂ ਬਈ, ਸ਼ੋਰੂਮ ਕੰਡੀਸ਼ਨ ਦਾ ਵੀ। ਠੀਕ ਹੈ ਜੀ, ਸ਼ੋਰੂਮ ਕੰਡੀਸ਼ਨ ਦੇ ਟਰੈਕਟਰ ਹੁੰਦੇ ਬਈ, ਲਫਾਫੇ ਲਫੂਫੇ ਦੋਨਾਂ ਦੇ ਚੈੱਕ ਕਰਦੇ, ਸਾਰੇ ਉਹੀ ਪਏ, ਦੋਨਾਂ ਦੀ ਐਵੇਂ ਚੜੇ ਹੋਏ ਨੇ ਰੀਜਨਲ ਰੈਪ ਨੇ ਸਾਰੇ ਬਈ। ਠੀਕ ਹੈ ਜੀ, ਤੇ ਇਹ ਮਾਡਲ ਬਈ ਜੀ? ਇਹ ਮਾਡਲ 2021 ਆ ਬਈ, 2021। ਹਾਂਜੀ, ਮੈਂ ਤਾਂ ਲੱਗਾ ਜੀ ਮੈਂ 23 ਤੂੰ ਕਹਿੰਦੇ ਲਾਸਟ ਆ ਜਾ, ਮੈਂ ਨਵੇਂ 12 1300 ਘੰਟੇ ਚੱਲੇ ਨੇ, ਜਿਵੇਂ ਤੂੰ ਪਹਿਲੀ ਕਹਦਾ ਨਾ ਵੀ ਫਾਰਮ ਟਰੈਕ ਅੱਖਾਂ ਕੱਢਦੇ, ਇਹ ਬਈ ਉਹ ਟਰੈਕਟਰ ਆਗਾ ਅੱਖਾਂ ਦਾ ਇਸ ਲਈ ਕੱਢਦਾ ਕਿਉਂਕਿ ਬਈ ਇਹ ਸੋਹਣੇ ਹੀ ਇੰਨਾ ਟਰੈਕਟਰ ਲੱਗਦਾ। ਹਾਂ ਬਾਈ, ਠੀਕ ਆ ਜੀ, ਨੀਲਾ ਝੋਟਾ ਜੱਟਾਂ ਦੀ ਪਸੰਦ ਆ ਬਈ। ਠੀਕ ਆ ਜੀ, ਨੀਲਾ ਘੋੜਾ ਕਹਿੰਦੇ ਤੇ ਨੀਲਾ ਝੋਟਾ ਕਹਿੰਦੇ ਚਾਹੀਦੀ। ਹਾਂਜੀ, ਨੀਲਾ ਮੋਰ ਕਹਿੰਦੇ। ਹਾਂ, ਸਾਰਾ ਕੁਝ ਹੀ ਆਇਆ ਨੀਲਾ ਦਾ ਬਈ। ਤੇ ਕਿੰਨੇ ਘੰਟੇ ਚੱਲੇ ਤਕਰੀਬਨ ਵੀਰੇ? ਇਹ 12 1300 ਘੰਟਾ ਚੱਲਿਆ ਹੋਇਆ ਬਈ। ਠੀਕ ਆ ਜੀ, 12 1300 ਘੰਟਾ ਚੱਲਿਆ, ਟਾਇਰ ਵੀ ਬਈ ਨਾਲ ਦੀ ਨੇ, ਮਰਦੇ ਟਾਇਰ ਨੇ। ਤੇ ਬਾਕੀ ਇਸੇ ਉਸੇ ਦੇ ਨਿਗਾ ਮਰਵਾ ਜਾ ਸਪੀਤ, ਕੋਈ ਐਵੇਂ ਨਹੀਂ ਹੈਗਾ ਵੀ ਪਿੰਡ ਸੇਂਟ ਹੋਇਆ ਹੋਊਗਾ। ਹਾਂ, ਤੇ ਹਾਂ, ਰੇਜ ਨਾਲ ਹੋ ਜਿੰਨਾ ਹੋਊ ਬਾਈ। ਠੀਕ ਆ ਜੀ, ਤੇ ਇਹਦੀ ਡਿਮਾਂਡ ਬਾਈ ਜੀ? ਇਹਦੀ ਡਿਮਾਂਡ ਹੈਗੀ 7,10,000 ਰੁਪਏ ਬਾਈ। 7,10,000 ਰੁਪਏ ਮੌਕੇ ਤੇ ਬਾਈ? ਮੌਕੇ ਤੇ ਮਾਨਤਾਨ ਹੋਊਗਾ। ਇਹ 7 ਲੱਖ ਦੇ 90,000 ਰੁਪਇਆ, 6 ਲੱਖ ਤੇ 90,000 ਦਾ ਦੇ ਦਾਂਗੇ। 6 ਲੱਖ ਤੇ 90,000 ਦਾ, 20,000 ਦੀ ਸੂਟ ਹੋਊਗੀ। ਹਾਂ, ਜੇ ਮੌਕੇ ਤੇ ਆ ਗਏ ਬਈ, ਮੇਰੇ ਵੱਲੋਂ 5,000 ਰੁਪਇਆ ਹੋ ਸਕਦਾ। ਹਾਂ, ਕੋਈ ਗੱਲ ਨਹੀਂ ਬਾਈ। ਤੇ ਅੱਗੇ ਅੱਗੇ ਬਈ ਜੀ, ਸੋਨਾ ਨੀਲਾ ਘੋੜਾ ਹੀ ਹੋਰ ਆ ਗਿਆ, ਤੇ ਇੱਕ ਨੀਲਾ ਘੋੜਾ ਹੋਰ ਆ ਗਿਆ, ਨੀਲਾ ਮੋਰ ਕਹਿ ਲੋ ਚਾਹੀਦੀ। ਤੇ 30 ਸਪੀਡ ਚ ਆ ਗਿਆ ਇਹ ਬਾਈ, ਸਿਕੰਦਰਾ, ਸਿਕੰਦਰਾ 55 ਹਾਰਸ ਪਾਵਰ, ਚੇਂਜ ਗੇਅਰ ਚ ਆ ਗਿਆ ਨਾ, ਚੇਂਜ ਗੇਅਰ ਚ ਆ ਗਿਆ, 3 ਸਪੀਡ ਆ, 3 ਸਪੀਡ ਆ ਗਾ। ਹਾਂ, ਆਪਾਂ ਕਹਿ ਲਈਏ ਸੁਪਰ ਸੀਟਰ ਨੂੰ ਤੱਕ ਪਾਉਣਾ, ਮੈਂ ਕ੍ਰਿਸ ਸੀਟਰਾ ਫਿਰ। ਠੀਕ ਆ ਜੀ, ਡੀਲੈਕਸ ਮਾਡਲ ਚ ਆ ਗਿਆ ਬਾਈ ਜੀ, ਪੈਰਦਾਨਾ ਤੇ ਨਿਗਾ ਮਰਵਾ ਜਾ ਸਪੀਡ ਤੱਕ। ਉਮੀ ਪਿਆ ਹੈ ਯਾਰ ਰੰਗ ਬਈ, ਉਮੀ ਪਿਆ ਹੈਗਾ, ਇੰਨੇ ਨਵੇਂ ਟਰੈਕਟਰ ਕਿੱਥੋਂ ਖੋਲੇ ਹੋਣੇ ਉਹ? ਐਂ ਲੈਣਾ ਵੇਖਦੇ ਨਹੀਂ, ਲਿੱਪੇ ਪਏ ਹੁੰਦੇ, ਜਿਹੜਾ ਕਾ ਰੰਗ ਲਿਆ ਹੋਇਆ ਉਮੀ ਪਿਆ ਹੈਗਾ, ਐਂ ਜਿਹੜਾ ਰੀਜਨ ਵਾਲਾ ਜਿੰਨਾ ਹੋਊਗਾ। ਠੀਕ ਆ ਜੀ, ਤੇ 16 ਦੇ ਟਾਇਰਾਂ ਚ ਬਈ? ਇਹ 14 ਦੇ ਟਾਇਰਾਂ ਚ ਆ ਗਿਆ, 14 ਦੇ ਟਾਇਰਾਂ ਚ ਆ ਗਿਆ, 55 ਕੈਟਾਗਰੀ ਵਾਲਾ ਆ ਗਿਆ। ਤੇ ਬੈਕ ਟੂ ਸਾਈਡ ਤੋਂ ਨਿਗਾ ਮਰਵਾ ਜਾ ਸਪੀਡ ਤੱਕ ਨਾ, ਤੇ ਵੀ ਚੈੱਕ ਕਰ ਲੋ ਤੇ ਹੈਵੀ ਓਕਾ ਗਏ ਨੇ ਬਈ ਜੀ। ਹਾਂ ਬਈ, ਓਕੇ ਦੇ ਉਮੀ ਰੰਗ ਪਿਆ ਆ ਗਿਆ ਬਈ ਜੀ, ਤੇ ਯਾਨੀ ਕੋਈ ਵੀ ਸਾਫਤ ਕਰਦੇ ਆ ਰੰਗ ਬਈ ਹੋਇਆ ਹੋਇਆ ਗਰੰਟੀ ਆ ਬਈ। ਠੀਕ ਆ, ਆ ਇੱਥੇ ਤੱਕ ਓਕ ਹੁੰਦੇ ਆਪਾਂ ਕਹਿ ਲਈਏ ਨਾ, ਇਸ ਮਾਈ ਚ ਉਹਨੇ ਵੀ ਚੱਲਦਾ ਹੈ ਨਾ, ਇੰਟਰਾਲੀ ਵਗੈਰਾ ਤੇ ਜਮਾ ਨਹੀਂ ਚੱਲਿਆ ਹੋਇਆ, ਰੀਜਨਲ ਚੱਲਿਆ ਹੋਇਆ ਜਿਹਨਾਂ ਚੱਲਿਆ ਹੋਇਆ। ਠੀਕ ਆ, ਰੀਜਨਲ ਹੁਣ ਓਕ ਦਾ ਬੈਠ ਬੈਠ ਕੇ ਅੱਜ ਜੱਪਾ ਨਾ ਦਿੱਤੇ ਹੋਣੇ ਜਿਹਨਾਂ, ਹਰੀਆਂ ਤੂੜੀਆਂ ਪਈਆਂ ਹੁੰਦੀਆਂ ਬਈ, ਚੂੜੀਆਂ ਵੀ ਸਾਰੀਆਂ ਸਾਫ ਪਈਆਂ ਨੇ। ਤੇ ਮਾਡਲ ਹੈਗਾ ਬਈ ਜੀ ਇਹ? 2019 ਬਾਈ ਇਹ, 19 ਤੇ ਬਈ 19 ਮਾਡਲ ਹੈਗਾ, 3 ਸਪੀਡ ਚ, 3 ਸਪੀਡ ਚ ਡਿਮਾਂਡ ਬਈ ਜੀ? ਡਿਮਾਂਡ ਇਹਦੀ ਹੈਗੀ 5.5 ਲੱਖ ਰੁਪਏ ਬਈ, 5.5 ਲੱਖ। ਹਾਂਜੀ ਬਈ ਜੀ, ਟਰੈਕਟਰ ਵੀ ਕੱਟਾ ਜੂ, ਲੋਨ ਵਗੈਰਾ ਵੀ ਹੋ ਜੂ, ਕਿਰਾਏ ਤੇ ਵੀ ਮਿਲ ਜੂਗਾ। ਹਾਂਜੀ ਹਾਂਜੀ, ਠੀਕ ਹੈ ਬਈ। ਹਾਂਜੀ, ਤੇ ਅੱਗੇ ਅੱਗੇ ਬਈ ਅੱਗੇ ਮੈਸੀ ਬਾਈ, 9500 ਮੈਸੀ ਹੈਗਾ। ਤੇ ਇਹ ਮਾਡਲ ਬਈ ਜੀ? ਇਹ 2018 ਮਾਡਲ ਆ ਬਈ, ਖੁੱਲੇ ਪਲੇਟਫਾਰਮ ਚ ਆ ਗਿਆ ਬਈ। ਤੇ 3 ਸਪੀਡ ਚ ਬਈ ਜੀ? ਇਹ 2 ਸਪੀਡ ਚ ਆ ਬਈ, ਇਹ ਕਿਤੇ ਆਪਣੇ ਕੋਲ ਹੁੰਦਾ, ਹੋਰ ਕਿਸੇ ਕੋਲ ਨਹੀਂ ਹੁੰਦਾ, ਨਿਗਿੰਨੇ ਪੀਸੀ ਹੁੰਦੇ ਆਪਣੇ। ਠੀਕ ਹੈ, ਨਿਗਿੰਨੇ ਪੀਸ ਕਹਿ ਲਿਆ ਨਾ। ਹਾਂ, ਹੁਣ ਬਈ ਮਾਡਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ, ਮਾਡਲ ਹੈ ਬਈ ਜੀ
ਚਲੋ ਬਾਈ, ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ ਤੇ ਮਿਲਦੇ ਕਿਸੇ ਆਡੀਓ ਨੇ। ਧੰਨਵਾਦ, ਸਤਿ ਸ਼੍ਰੀ ਅਕਾਲ।